ਸਸ਼ੀਕਾਲ ਤੁਸੀਂ ਦੇਖ ਰਹੇ ਹੋ ਐਮਸੀਵੀਪੀ ਚੈਨਲ ਮੈਂ ਸਾਹਿਬ ਲੈ ਕੇ ਹਾਜ਼ਰ ਹਾਂ ਨਿਊਜ਼ ਰਿਪੋਰਟ ਅਨਾਲਿਸਿਸ ਪੰਜਾਬ ਦਾ ਪਹਿਲਾ ਪੇਪਰਲੈਸ ਬਜਟ ਹੋਇਆ ਜਾਰੀ ਪੰਜਾਬ ਦੀ ਮੌਜੂਦਾ ਆਪ ਸਰਕਾਰ ਵੱਲੋਂ ਬੀਤੀ 10 ਮਾਰਚ ਨੂੰ ਪੰਜਾਬ ਦਾ 2023 ਤੇ 24 ਦਾ ਬਜਟ ਐਲਾਨਿਆ ਗਿਆ ਜੋ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਵਿਧਾਨ ਸਭਾ ਅੱਗੇ ਪੇਸ਼ ਕੀਤਾ ਗਿਆ ਦੱਸਣਯੋਗ ਇਹ ਵੀ ਹੈ ਕਿ ਇਹ ਪੰਜਾਬ ਦਾ ਪਹਿਲਾ ਪੇਪਰਲੈਸ ਬਜਟ ਹੈ ਵਿੱਤ ਮੰਤਰੀ ਵੱਲੋਂ ਪੂਰੇ 2 ਘੰਟੇ ਤੇ 20 ਮਿੰਟ ਦੇ ਪੂਰੇ ਲੰਬੇ ਭਾਸ਼ਣ ਦੇ ਵਜੋਂ ਇਸ ਬਜਟ ਨੂੰ ਐਲਾਨਿਆ ਗਿਆ ਹੁਣ ਗੱਲ ਕਰਦੇ ਹਾਂ ਇਸ ਬਜਟ ਦੇ ਕੁਝ ਖਾਸ ਤੱਤਾਂ ਦੀ ਜਾਣਨਯੋਗ ਗੱਲਾਂ ਇਹ ਹੈ ਕਿ ਪੰਜਾਬ ਦਾ ਇਹ 2023 ਤੇ 24 ਦਾ ਬਜਟ ਕਿੰਨਾ ਕੁ ਆਮ ਆਦਮੀ ਲਈ ਲਾਹੇਵੰਦ ਹੋਵੇਗਾ ਇਸ ਦੇ ਨਾਲ ਹੀ ਇਸ ਬਜਟ ਵਿੱਚ ਖੇਤੀਬਾੜੀ ਸਿਹਤ ਤੇ ਐਜੂਕੇਸ਼ਨ ਸੈਕਟਰ ਦੇ ਲਈ ਕੀ ਕੁਝ ਨਵਾਂ ਲਿਆਂਦਾ ਗਿਆ ਤੇ ਇਸ ਬਜਟ ਦਾ ਇਹਨਾਂ ਸੈਕਟਰਾਂ ਤੇ ਕੀ ਪ੍ਰਭਾਵ ਪਵੇਗਾ ਇਸ ਦੇ ਨਾਲ ਹੀ ਇਸ ਬਜਟ ਦੇ ਵਿੱਚ ਪੰਜਾਬ ਦੇ ਬੇਰੋਜ਼ਗਾਰ ਨੌਜਵਾਨਾਂ ਲਈ ਕੀ ਰੋਜ਼ਗਾਰ ਦੇ ਮੌਕੇ ਖੁੱਲੇ ਜਾਂ ਨਹੀਂ ਇਸ ਦੇ ਬਾਰੇ ਵੀ ਅਸੀਂ ਚਰਚਾ ਕਰਾਂਗੇ ਸੋ ਹੁਣ ਗੱਲ ਕਰਦੇ ਹਾਂ ਬਜਟ ਹੁੰਦਾ ਕੀ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਕੇਂਦਰ ਸਰਕਾਰ ਵੱਲੋਂ ਇੱਕ ਸਾਲਾਨਾ ਬਜਟ ਪੇਸ਼ ਕੀਤਾ ਜਾਂਦਾ ਹੈ ਜਿਸ ਤੇ ਪੂਰੇ ਦੇਸ਼ ਦੀ ਅਰਥਵਿਵਸਥਾ ਕੁਝ ਤੈਅ ਸਾਲਾਂ ਤੱਕ ਨਿਰਭਰ ਕਰਦੀ ਹੈ ਉਸ ਨੂੰ ਕੇਂਦਰ ਦਾ ਬਜਟ ਕਿਹਾ ਜਾਂਦਾ ਹੈ ਭਾਰਤ ਇੱਕ ਲੋਕਤੰਤਰੀ ਦੇਸ਼ ਹੈ ਜਿੱਥੇ ਕਿ ਕੇਂਦਰ ਸਰਕਾਰ ਦਾ ਇੱਕ ਸਾਲਾਨਾ ਬਜਟ ਪੇਸ਼ ਕੀਤਾ ਜਾਂਦਾ ਹੈ ਉੱਥੇ ਹੀ ਰਾਜ ਸਰਕਾਰ ਵੱਲੋਂ ਇੱਕ ਆਪਣਾ ਅਲੱਗ ਤੋਂ ਬਜਟ ਪੇਸ਼ ਕੀਤਾ ਜਾਂਦਾ ਹੈ ਜਿਸ ਨੂੰ ਰਾਜ ਬਜਟ ਕਿਹਾ ਜਾਂਦਾ ਹੈ ਭਾਰਤ ਦੇ ਸੰਵਿਧਾਨ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਦੇ ਸੰਵਿਧਾਨ ਦੇ ਅਨੁਸ਼ੇਦ 202 ਦੇ ਤਹਿਤ ਇੱਕ ਵਿੱਤੀ ਸਾਲੀ ਰਾਜ ਦੀਆਂ ਕੁੱਲ ਅਨੁਮਾਨਿਤ ਪ੍ਰਾਪਤੀਆਂ ਅਤੇ ਖਰਚਿਆਂ ਦਾ ਬਿਆਨ ਜਿਸ ਨੂੰ ਸਾਲਾਨਾ ਵਿੱਤੀ ਬਿਆਨ ਜਾਂ ਬਜਟ ਕਿਹਾ ਜਾਂਦਾ ਹੈ ਜੋ ਕਿ ਵਿਧਾਨ ਸਭਾ ਦੇ ਸਾਹਮਣੇ ਹਰ ਸਾਲ ਪੇਸ਼ ਕੀਤਾ ਜਾਂਦਾ ਹੈ ਜਿਸ ਨੂੰ ਰਾਜ ਬਜਟ ਕਿਹਾ ਜਾਂਦਾ ਹੈ ਹੁਣ ਗੱਲ ਕਰਦੇ ਹਾਂ ਕਿ ਪੰਜਾਬ ਦੇ ਬਜਟ ਵਿੱਚ ਟੋਟਲ ਬਜਟ ਐਕਸਪੈਂਡੀਚਰ ਮਤਲਬ ਕੁੱਲ ਖਰਚ ਆਏ ਕਿੰਨੀ ਹੈ ਸੋ ਇਸ ਵਾਰ ਦਾ ਬਜਟ 196,462 ਕਰੋੜ ਦਾ ਬਜਟ ਹੈ ਜੋ ਕਿ ਪਿਛਲੇ ਕੁਝ ਮਿੱਥੇ ਸਾਲਾਂ ਦੇ ਮੁਕਾਬਲੇ 26% ਦੀ ਗਰੋਥ ਹੈ ਦੱਸਦੇ ਹਾਂ ਕਿ ਪਿਛਲੇ ਸਾਲ ਮਈ ਦੇ ਮਹੀਨੇ ਵਿੱਚ 2022-23 ਦਾ ਬਜਟ ਐਲਾਨਿਆ ਗਿਆ ਸੀ ਜੋ ਕਿ ਇਸ ਸਾਲ ਦੇ ਮੁਕਾਬਲੇ 26% ਘਾਟੇ ਦਾ ਬਜਟ ਸੀ ਪਰ ਇਸ ਸਾਲ ਦਾ ਬਜਟ ਇਸ ਦੇ ਨਤੀਜੇ 26% ਵੱਧ ਦੀ ਗਰੋਥ ਦੱਸਿਆ ਜਾ ਰਿਹਾ ਹੈ ਸੋ ਹੁਣ ਗੱਲ ਕਰਦੇ ਹਾਂ ਕਿ ਇਸ ਬਜਟ ਦੇ ਵਿੱਚ ਪੰਜਾਬ ਦੇ ਸਿੱਖਿਆ ਖੇਤਰ ਦੇ ਹਿੱਸੇ ਕੀ ਕੁਝ ਆਇਆ ਸੋ ਇਸ ਸਾਲ ਦੇ ਬਜਟ ਦੇ ਵਿੱਚ ਸਕੂਲ ਤੇ ਉਚੇਰੀ ਸਿੱਖਿਆ ਦੇ ਵਿਕਾਸ ਨੂੰ ਮੱਦੇਨਜ਼ਰ ਰੱਖਦੇ ਹੋਏ 17,072 ਕਰੋੜ ਦਾ ਬਜਟ ਰੱਖਿਆ ਗਿਆ ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 12% ਵੱਧ ਦਾ ਬਜਟ ਦੱਸਿਆ ਜਾ ਰਿਹਾ ਹੈ ਜੇਕਰ ਪਿਛਲੇ ਸਾਲ ਦੇ ਬਜਟ ਦੀ ਗੱਲ ਕੀਤੀ ਜਾਵੇ ਤਾਂ 13,991 ਕਰੋੜ ਦਾ ਬਜਟ ਸੀ ਜੋ ਕਿ ਇਸ ਸਾਲ ਦੇ ਮੁਕਾਬਲੇ 12% ਘੱਟ ਦਾ ਬਜਟ ਦੱਸਿਆ ਜਾ ਰਿਹਾ ਹੈ ਇਸ ਸਾਲ ਦੇ ਬਜਟ ਦੇ ਵਿੱਚ ਸਕੂਲਾਂ ਦੀ ਸਾਫ਼ ਸੰਭਾਲ ਲਈ 99 ਕਰੋੜ ਦਾ ਬਜਟ ਰੱਖਿਆ ਹੈ ਉੱਥੇ ਹੀ ਅਧਿਆਪਕਾਂ ਦੀ ਸਕਿੱਲ ਅਪਗ੍ਰੇਡੇਸ਼ਨ ਲਈ 20 ਕਰੋੜ ਰੁਪਏ ਦਾ ਬਜਟ ਰਾਖਵਾਂ ਰੱਖਿਆ ਗਿਆ ਹੈ ਉੱਥੇ ਸਕੂਲ ਆਫ ਐਮੀਨੈਂਸ ਦੇ ਲਈ 200 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ ਜਿਸ ਵਿੱਚ 117 ਸਕੂਲਾਂ ਨੂੰ ਅਪਗ੍ਰੇਡੇਸ਼ਨ ਕੀਤਾ ਜਾਏਗਾ ਜਿਸ ਵਿੱਚ ਅੰਮ੍ਰਿਤਸਰ ਦੇ 4 ਸਕੂਲ ਅਪਗ੍ਰੇਡ ਕੀਤੇ ਜਾਣਗੇ ਪ੍ਰੀ ਮੈਟ੍ਰਿਕ ਸਕਾਲਰਸ਼ਿਪ ਲਈ ਸਰਕਾਰ ਨੇ 78 ਕਰੋੜ ਰੁਪਏ ਰਾਖਵੇ ਰੱਖੇ ਨੇ ਉੱਥੇ ਹੀ ਸਰਕਾਰ ਨੇ ਮੁਫਤ ਕਿਤਾਬਾਂ ਤੇ ਸਕੂਲਾਂ ਦੇ ਰੱਖ ਰਖਾਵ ਤੇ ਮੁਰੰਮਤ ਦੇ ਲਈ 90 ਕਰੋੜ ਰਾਖਵੇ ਰੱਖੇ ਨੇ ਉੱਥੇ ਹੀ ਸਰਕਾਰ ਨੇ ਸਰਕਾਰੀ ਕਾਲਜਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਹੋਰ ਵਧਾਉਣ ਦੇ ਲਈ 68 ਕਰੋੜ ਰੁਪਏ ਦਾ ਬਜਟ ਰੱਖਿਆ ਹੈ ਸੋ ਇਸ ਵਾਰ ਦੇ ਪੰਜਾਬ ਦੇ ਬਜਟ ਦੇ ਵਿੱਚ ਸਿੱਖਿਆ ਖੇਤਰ ਤੇ ਕਾਫੀ ਜ਼ੋਰ ਦਿੱਤਾ ਗਿਆ ਹੈ ਜਿਸ ਦੇ ਨਤੀਜੇ ਆਉਣ ਵਾਲੇ ਸਾਲਾਂ ਦੇ ਵਿੱਚ ਦੇਖਣ ਨੂੰ ਮਿਲਣਗੇ ਹੁਣ ਗੱਲ ਸੜਕਾਂ ਤੇ ਪੁਲਾਂ ਦੇ ਨਵੀਨੀਕਰਨ ਦੀ ਕੀਤੀ ਜਾਵੇ ਤਾਂ ਇਸ ਸਾਲ ਦੇ ਬਜਟ ਦੇ ਵਿੱਚ ਸੜਕਾਂ ਤੇ ਪੁਲਾਂ ਦੇ ਨਵੀਨੀਕਰਨ ਦੇ ਲਈ 1,101 ਕਰੋੜ ਦਾ ਬਜਟ ਰੱਖਿਆ ਗਿਆ ਖੇਤੀਬਾੜੀ ਸੈਕਟਰ ਦੀ ਗੱਲ ਕੀਤੀ ਜਾਵੇ ਤਾਂ ਇਸ ਵਾਰ ਖੇਤੀਬਾੜੀ ਸੈਕਟਰ ਦੀ ਝੋਲੀ ਦੇ ਵਿੱਚ 13,888 ਕਰੋੜ ਦਾ ਬਜਟ ਆਇਆ ਹੈ ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 20% ਵਾਧੇ ਦਾ ਬਜਟ ਹੈ 38 ਕਰੋੜ ਰੁਪਏ ਦੇ ਨਾਲ 1,00,000 ਕੁਇੰਟਲ ਦਾ ਬੀਜ ਖਰੀਦਿਆ ਜਾਏਗਾ ਜਿਸ ਵਿੱਚ ਝੋਨੇ ਤੇ ਕਣਕ ਦੇ ਬੀਜ ਖਰੀਦੇ ਜਾਣਗੇ ਉਸ ਦੇ ਨਾਲ ਹੀ 2,574 ਕਿਸਾਨ ਮਿੱਤਰਾਂ ਦੀ ਭਰਤੀ ਕੀਤੀ ਜਾਏਗੀ ਜੋ ਆਉਣ ਵਾਲੇ ਸਾਲਾਂ ਵਿੱਚ ਕਿਸਾਨਾਂ ਦੇ ਨਾਲ ਮਦਦ ਕਰਨਗੇ 125 ਕਰੋੜ ਰੁਪਏ ਝੋਨੇ ਦੀ ਸਿੱਧੀ ਬਜਾਈ ਲਈ ਤੇ ਮੂੰਗੀ ਖਰੀਦ ਲਈ ਰੱਖੇ ਗਏ ਨੇ ਉੱਥੇ ਪਰਾਲੀ ਪ੍ਰਬੰਧਨ ਦੇ ਲਈ 350 ਕਰੋੜ ਦਾ ਬਜਟ ਰੱਖਿਆ ਗਿਆ ਹੈ ਜਿਸ ਦੀ ਮਦਦ ਦੇ ਨਾਲ ਪਰਾਲੀ ਸੜਨ ਦੀਆਂ ਘਟਨਾਵਾਂ ਦੇ ਘਟਣ ਦਾ ਦਾਅਵਾ ਕੀਤਾ ਗਿਆ ਹੈ ਪੰਜਾਬ ਦੇ 5 ਥਾਵਾਂ ਤੇ ਹੋਰਟੀਕਲਚਰ ਸਟੇਟ ਬਣਾਏ ਜਾਣਗੇ ਸੋ ਇਸ ਤੋਂ ਪਤਾ ਚੱਲਦਾ ਹੈ ਕਿ ਇਸ ਵਾਰ ਬਜਟ ਦੇ ਵਿੱਚ ਖੇਤੀਬਾੜੀ ਸੈਕਟਰ ਨੂੰ ਸੁਗਾਤਾਂ ਦੇ ਤੋਹਫੇ ਮਿਲੇ ਹਨ ਜਿਸ ਦੇ ਨਾਲ ਆਉਣ ਵਾਲੇ ਸਾਲਾਂ ਦੇ ਵਿੱਚ ਖੇਤੀਬਾੜੀ ਸੈਕਟਰ ਦਾ ਵਿਕਾਸ ਦਰ ਹੋਰ ਵਧੇਗਾ ਆਮ ਆਦਮੀ ਦੀ ਗੱਲ ਕੀਤੀ ਜਾਵੇ ਤਾਂ ਇਸ ਵਾਰ ਕੋਈ ਨਵਾਂ ਟੈਕਸ ਆਮ ਆਦਮੀ ਦੀ ਝੋਲੀ ਦੇ ਵਿੱਚ ਨਹੀਂ ਪਾਇਆ ਗਿਆ ਇਸ ਵਾਰ ਦਾ ਬਜਟ ਟੈਕਸ ਫ੍ਰੀ ਬਜਟ ਐਲਾਨਿਆ ਗਿਆ ਹੈ ਸੋ ਇਸ ਵਾਰ ਆਮ ਆਦਮੀ ਨੂੰ ਵੀ ਥੋੜੀ ਟੈਕਸ ਤੋਂ ਰਾਹਤ ਮਿਲੀ ਹੈ ਸੋ ਇਹ ਸੀ ਪੰਜਾਬ ਦਾ 2023 ਤੇ 24 ਦਾ ਰਾਜ ਬਜਟ ਇਸ ਦੇ ਨਾਲ ਹੀ ਮੈਂ ਤੁਹਾਡੇ ਤੋਂ ਇਜਾਜ਼ਤ ਲੈਂਦੀ ਹਾਂ ਦੇਖਦੇ ਰਹੋ ਐਮਸੀਵੀਪੀ ਚੈਨਲ